بسم اللہ الرحمن الرحیم۔ السلام علیکم دوستو، امید ہے سب دوست سب بھائی سب ویور خیریت نال ہو دے۔ دوستو ماشاءاللہ لینے دینے نصیب نے، تے لیکن جانور اچ کوئی شک نہیں، اللہ پاک دی زندگی کرے، اللہ پاک دے ساہ لمے کرے جیڑا لے جے، تے باقی گل لے نصیباں دی۔ ਅੱਗੇ ਵੀ ਮਾਸ਼ਾਅੱਲਾ ਹਾਈ ਸਾਹਿਬ ਬਾਬੇ ਦੋਵੇਂ ਜੀ ਕਿ ਵੱਧ ਤੋਂ ਵੱਧ ਮਾਲ ਲੈ ਕੇ ਆਉਂਦੇ ਨੇ, ਅੱਲਾ ਪਾਕ ਜ਼ਿੰਦਗੀ ਕਰੇ, ਲੇਕਿਨ ਕੋਠੇ ਜਿੱਡੀ ਗਾਂ ਆਉਂਦੀ ਨੇ ਟਰੱਕ ਕੇ ਪੂਰਾ ਅਤੇ ਪਹਿਲਣ ਵੈੜ ਮਾਸ਼ਾਅੱਲਾ ਮੂੰਹ 'ਚ ਚੋਗੀ ਜਾਂ ਛਿੱਗੀ ਹੈ, ਅੱਲਾ ਪਾਕ ਇਹਦੀ ਜ਼ਿੰਦਗੀ ਕਰੇ, ਦਿਹਾੜੇ 10-12 ਕੱਢਦੀ ਸੋਹਣ 'ਚੋਂ, ਅਤੇ ਇਨਸ਼ਾਅੱਲਾ ਜਿਵੇਂ ਜੀ ਦਿਸਦੀ ਪਈ ਹੈ ਸ਼ਕਲ ਸੂਰਤ ਥਣ ਚੱਡਾ ਅਲਹਮਦੁਲਿਲਾ। ਦੋਸਤੋ ਰੂਹ ਖੁਸ਼ ਹੋ ਜਾਂਦਾ ਜਾਨਵਰ ਜਿੱਡਾ ਚੰਗਾ ਲਿਆਉਣ, ਅਤੇ ਲੇਕਿਨ ਉਹ ਬਾਬੇ ਜਿਹੜੇ ਨੇ, ਮੈਂ ਤਾਂ ਬੜਾ ਕਹਿੰਦਾ ਕਿ ਆਈ ਸਾਹਿਬ ਜਾਨਵਰ ਨਾ ਜਿਹੜਾ ਹੋਲਾ ਮਾੜਾ ਨਾ ਲਿਆਵੇ, ਉਹ ਕਹਿੰਦੇ ਨੇ ਪੁੱਤਰਾ ਮਾੜੇ ਬੰਦੇ ਵੀ ਤਾਂ ਹੈ ਨੇ, ਉਹ ਵੀ ਠੀਕ ਨੇ ਆਪਣੀ ਗੱਲ ਤੋਂ, ਅਤੇ ਕੋਸ਼ਿਸ਼ ਕਰਦੇ ਨੇ ਚੰਗੇ ਤੋਂ ਚੰਗਾ ਵੀ ਜਾਨਵਰ ਲਿਆਉਣ, ਅਤੇ ਜੈਸਾ ਜਾਨਵਰ ਮਾੜਾ ਵੀ ਜਾਨਵਰ ਲੈ ਆਉਂਦੇ ਨੇ, ਕਹਿੰਦੇ ਨੇ ਕਿ ਪੁੱਤਰਾ ਕਿ ਮਾੜੇ ਬੰਦੇ ਵੀ ਹੈ ਨੇ। ਅਤੇ ਮਾਸ਼ਾਅੱਲਾ ਦੋਸਤੋ ਗਾਵਾਂ ਅੱਜ ਉਹਨਾਂ ਆਉਂਦੀਆਂ ਨੇ, 7-8 ਗਾਵਾਂ ਆਉਂਦੀਆਂ ਨੇ, ਲੇਕਿਨ ਵੱਧ ਤੋਂ ਵੱਧ ਗਾਂ ਲੈ ਕੇ ਆਏ ਨੇ, ਲੈਣੇ ਦੇਣੇ ਦੋਸਤੋ ਨਸੀਬ ਨੇ ਸੌਦੇ ਨਸੀਬਾਂ ਦੇ, ਅਤੇ ਵੈੜੀ ਸ਼ੱਕ ਕੋਨੀ, ਅਤੇ ਅੱਲਾ ਪਾਕ ਇਹਦੀ ਜ਼ਿੰਦਗੀ ਕਰੇ, ਅੱਲਾ ਪਾਕ ਇਹਦੇ ਸਾਹ ਲੰਮੇ ਕਰੇ, ਜਿਹੜਾ ਲੈ ਜੇ ਅੱਲਾ ਪਾਕ ਉਹਨੂੰ ਨਸੀਬ ਕਰੇ। ਅਤੇ ਮਾਸ਼ਾਅੱਲਾ ਦੋਸਤੋ ਮਾਸ਼ਾਅੱਲਾ ਕਹਿ ਛੱਡਿਓ ਦੋਸਤੋ, ਅੱਲਾ ਪਾਕ ਇਹਨੂੰ ਰੰਗ ਲਾ ਛੱਡੇ ਅੱਲਾ ਕਰੇ, ਅਤੇ ਵੱਛੀ ਦੇ ਇੱਕ ਜੀਆਂ ਦੋ ਕਰੇ ਅੱਲਾ ਪਾਕ। ਦੋਸਤੋ ਇਹਦੀ ਛੋਟੀ ਜਿੰਨੀ ਕੀਮਤ ਹੈ 4 ਲੱਖ ਰੁਪਇਆ, ਕਿਸੇ ਦੋਸਤ ਨੂੰ ਪਸੰਦ ਹੋਵੇ, ਕਿਸੇ ਭਾਈ ਦੀ ਸਮਝ 'ਚ ਆਉਂਦੀ ਹੋਵੇ, ਵਟਸਐਪ ਨੰਬਰ ਦਿੱਤੇ ਹੁੰਦੇ ਨੇ, ਡਿਸਕ੍ਰਿਪਸ਼ਨ 'ਚ ਵੀ ਸਕਰੀਨ 'ਤੇ ਵੀ ਚਲਦੇ ਹੁੰਦੇ ਨੇ, ਉਹ ਰਾਬਤਾ ਕਰ ਸਕਦਾ। ਇਹਦੇ ਤੋਂ ਇਲਾਵਾ ਵੀ 3-4 ਵਹਿੜਾਂ ਹੋਰ ਹੈ ਨੇ ਐਸੇ ਰੰਗੇ ਦੀਆਂ, ਉਹ ਵੀ ਤੁਹਾਨੂੰ ਵਿਖਾਉਂਦੇ, ਉਹਨਾਂ ਦੀ ਇੱਕ ਅਲੈਦਾ ਵੀਡੀਓ ਵੀ ਮੈਂ ਬਣਾ ਕੇ ਲਾ ਦਿਆਂਦਾ, ਇਹਦੀ ਥੋੜ੍ਹੀ ਜਿਹੀ ਅਲੈਦਾ ਉਹਨਾਂ ਦੀ ਵਿੱਚ ਵੀਡੀਓ ਲਾ ਦੇ ਸੈ। ਦੂਸਰੀਆਂ ਗਾਵਾਂ ਜਿਹੜੀਆਂ 5-7 ਹੈ ਨੇ, ਉਹ ਵੀ ਤੁਹਾਨੂੰ ਦਿਖਾਈਆਂ ਨੇ, ਕੁਝ ਪਹਿਲੇ ਦਿਖਾਈਆਂ ਨੇ, ਕੁਝ ਇਸ ਵੀਡੀਓ ਦੇ ਵਿੱਚ ਦੁਬਾਰਾ ਤੁਹਾਨੂੰ ਦਿਖਾ ਦਿਆਂਗੇ, ਲੇਕਿਨ ਉਹਨਾਂ ਦੀ ਕੀਮਤਾਂ ਵਗੈਰਾ ਮੈਂ ਅੱਗੇ ਅਲੈਦਾ ਵੀ ਦੱਸੀਆਂ ਨੇ, ਫਿਰ ਵੀ ਵਿੱਚ ਮੁਖਤਸਰ ਜੀ ਮੈਂ ਇਨਸ਼ਾਅੱਲਾ ਡਿਟੇਲ ਫਿਰ ਵੀ ਦੇ ਦਿਆਂਗਾ। ਗਾਵਾਂ ਦੋਸਤੋ ਇਹ ਸਾਰੀਆਂ ਸੋਹਣ ਵਾਲੀਆਂ ਨੇ, ਹਫ਼ਤਾ ਹਫ਼ਤਾ 10-10, 12-12 ਦਿਨ ਕੱਢਦੀਆਂ ਨੇ ਸਾਰੀਆਂ, ਸਮਝੋ ਗਾਵਾਂ 10-10 12 ਤਿਆਰ ਨੇ, ਹਫ਼ਤਾ 10 ਦਿਨ ਗੁਜ਼ਰਦਿਆਂ ਕੋਈ ਦੇਰ ਲੱਗਦੀ, ਬਾਕੀ ਲੈਣੇ ਦੇਣੇ ਦੋਸਤੋ ਨਸੀਬ ਨੇ। ਦੋਸਤੋ ਸਾਡੀ ਜਿਹੜੀ ਜਗ੍ਹਾ ਵੇ ਲੋਕੇਸ਼ਨ ਹੈ, ਜ਼ਿਲ੍ਹਾ ਸਰਗੋਦਾ, ਥਾਣਾ ਜਾਵਰੀਆਂ, ਚੱਕ ਹਯਾਤਪੁਰ, ਬੇਰਾ ਇੰਟਰਚੇਂਜ, ਸਾਲਮ ਇੰਟਰਚੇਂਜ ਤੋਂ ਨਜ਼ਦੀਕ ਹੈ, ਤਕਰੀਬਨ 1/2 ਘੰਟਾ 40-45 ਮਿੰਟ ਲੱਗਦੇ ਨੇ। ਕਾਫੀ ਦੋਸਤ ਮਾਸ਼ਾਅੱਲਾ ਜਾਂਦੇ ਰਹਿੰਦੇ ਨੇ, ਹਾਈ ਸਾਹਿਬ ਨਾਲ ਮੁਲਾਕਾਤ ਵੀ ਹੋਈ ਨੇ, ਸਾਡੇ ਡੇਰੇ 'ਤੇ ਵੀ ਜਾਂਦੇ ਰਹਿੰਦੇ ਨੇ। ਦੋਸਤੋ ਸਿਰਫ ਇੱਕ ਗਾਂ ਵੇ ਸੂਈ ਅੱਗੇ ਦੀ ਮੈਂ ਮੁਕੰਮਲ ਵੀਡੀਓ ਲਾਈ ਹੈ ਚੁਆਈ ਦੀ ਵੀ, ਉਹ ਕਾਫੀ ਦੋਸਤਾਂ ਸਾਡੇ ਚੈਨਲ 'ਤੇ ਵੇਖੀ ਵੀ ਹੈ, ਬਾਕੀ ਉਸ ਗਾਂ ਦੀ ਗੱਲਬਾਤ ਵੀ ਤਕਰੀਬਨ ਹੋ ਗਈ ਹੈ, ਸੁਬਾਹ ਪੇਮੈਂਟ ਉਸ ਬੰਦੇ ਕਰਾਉਣੀ, ਕੱਲ੍ਹ ਤੱਕ ਅਸੀਂ ਉਹਦੇ ਪਾਬੰਦ ਆ ਦੋਸਤੋ, ਬਾਕੀ ਅੱਗੋਂ ਫਿਰ। ਇੱਕ ਇਹ ਵੈਡ ਹੈ ਦੋਸਤੋ, ਇਹ ਲਾਖੀ ਥੱਲੂ ਸਫੈਦ ਚੱਡਾ ਸੂ, 2,50,000 ਰੁਪਏ ਦੀ ਕੀਮਤ ਹੈ, ਪਹਿਲਾਂ ਸੁਬਾਹ ਸੋਹਣਾ ਸੁਮੂਹ 'ਚ ਚੋਗੀ ਹੈ, ਇਹ ਦਿਹਾੜੀ ਤਕਰੀਬਨ 8-10 ਘੰਟੇ ਦੀ, ਬਹੁਤ ਪਿਆਰਾ ਜਾਨਵਰ, ਬਾਕੀ ਗੱਲ ਨਸੀਬ ਦੀ ਦੋਸਤੋ ਸਾਡੇ ਤੁਹਾਡੇ ਮੁਕੱਦਰ। ਠੀਕ ਹੈ ਦੋਸਤੋ, ਮੈਂ ਅਗਲੀ ਵੀਡੀਓ ਤੱਕ ਇਜਾਜ਼ਤ ਚਾਹਵਾਂਗਾ, ਮੈਂ ਇਨਸ਼ਾਅੱਲਾ ਦੂਜੀਆਂ ਗਾਵਾਂ ਦੀ ਵੀ ਡਿਟੇਲ ਅੱਗੇ ਵੀ ਦੱਸੀ ਤੁਹਾਨੂੰ, ਅਤੇ 1-2 ਹੋਰ ਵੀਡੀਓ ਮੈਂ ਪਈਆਂ ਨੇ, ਹਾਈ ਸਾਹਿਬ ਬੜੇ ਮੈਨੂੰ ਮੈਸੇਜ ਕੀਤੇ ਨੇ, ਕਾਲ ਕੀਤੀ ਬੇਟੇ ਵੀਡੀਓ ਲਾ, ਮੇਰੇ ਕੋਲ ਦੋਸਤੋ ਟਾਈਮ ਨਹੀਂ ਸੀ, ਅਤੇ ਨਹੀਂ ਤਾਂ ਮੈਂ ਸੁਬਾਹ ਦੀ ਜਾਂ ਦੁਪਹਿਰ ਦੀ ਵੀਡੀਓ ਲਾ ਦੇਣੀ ਸੀ, ਹੁਣ ਘਰ ਆਇਆ ਵਾਂ ਕੰਮ ਤੋਂ, ਹੁਣ ਵੀਡੀਓ ਲਾ ਰਿਹਾ, ਕਿ ਮੈਂ ਕਿਹਾ ਚਲੋ ਵੀਡੀਓ ਲਾ ਦਿਆਂ, ਹਾਈ ਸਾਹਿਬ ਤਾਂ ਇੰਜੋਏ ਪਏ ਨੇ ਕਿ ਵੀਡੀਓ ਨਹੀਂ ਤੂੰ ਲਾਈ ਸਾਰਾ ਦਿਨ ਹੋ ਗਿਆ। ਮਾਸ਼ਾਅੱਲਾ ਦੋਸਤੋ, ਜਾਨਵਰ ਤਾਂ ਬੜਾ ਬੜਾ ਸੋਹਣਾ ਜਾਨਵਰ ਆਉਂਦੇ ਹਨ, ਅੱਲਾ ਪਾਕ ਜ਼ਿੰਦਗੀ ਕਰੇ, ਅਤੇ ਜਿਹਨਾਂ ਦੋਸਤਾਂ ਨੂੰ ਜਾਨਵਰ ਚਾਹੀਦੇ ਨੇ, ਸੁਬਾਹ ਚਲੇ ਜਾਓ, ਜਾ ਕੇ ਦੇਖ ਕੇ ਆਪਣੇ ਪਸੰਦ ਕਰਕੇ ਜਾਨਵਰ ਲਿਆ ਸਕਦੇ ਹੋ। ਠੀਕ ਹੈ ਦੋਸਤੋ, ਮੈਂ ਇਨਸ਼ਾਅੱਲਾ ਅਗਲੀ ਵੀਡੀਓ ਨਾਲ ਫਿਰ ਮਿਲਾਂਗਾ, ਤੁਹਾਡੇ ਨਾਲ ਗੱਪਸ਼ੱਪ ਹੁੰਦੀ ਰਹੇ ਦੀ। ਦੋਸਤੋ ਇਹਨਾਂ ਵਿੱਚ ਜਿਹੜਾ ਜਾਨਵਰ ਪਸੰਦ ਆਵੇ ਉਹਦੀ ਤਸਵੀਰ ਲੈ ਲੈਣੀ, ਉਹਦਾ ਸਕਰੀਨਸ਼ਾਟ ਲੈ ਲੈਣਾ, ਵਟਸਐਪ 'ਤੇ ਮੈਨੂੰ ਮੈਸੇਜ ਕਰ ਦੇਣਾ ਕਿ ਇਮਰਾਨ ਬਈਆ ਦੀ ਗੱਲ ਕਰਾ ਦਿਓ ਹਾਈ ਸਾਹਿਬ ਨਾਲ, ਮੈਂ ਇਨਸ਼ਾਅੱਲਾ ਉਹਦੀ ਗੱਲਬਾਤ ਕਰਾ ਦਿਆਂਗਾ, ਪੁੱਛ ਕੇ ਦੱਸ ਦਿਆਂਗਾ, ਸਾਰੀ ਤਫਸੀਲੀ ਫਾਈਨਲ ਕਰਾ ਦਿਆਂਗਾ। ਹਾਈ ਸਾਹਿਬ ਜ਼ਰਾ ਵਡੇਰੇ ਨੇ, ਅਤੇ ਕਈ ਵਾਰੀ ਨੀਂਹ ਨੇ ਸਮਝ ਲੱਗਦੀ ਜਾਨਵਰ ਕਿਹੜਾ, ਜ਼ਿਆਦਾ ਜਾਨਵਰ ਨੇ ਬੰਦਾ ਹੋ ਵੀ ਜਾਂਦਾ ਕਿ ਕਿਸ ਜਾਨਵਰ ਦੀ ਕੀ ਗੱਲਬਾਤ ਹੈ। ਬਾਕੀ ਉਹਨਾਂ ਨੂੰ ਮੈਂ ਕਿਹਾ ਤਾਂ ਹੈ, ਕੋਈ ਥੋੜ੍ਹਾ ਜਿਹਾ ਤਰਤੀਬ ਬਣਾ ਲਓ, ਕੋਈ ਟੈਗ ਲੈ ਲਓ ਜਾਂ ਕੋਈ ਹੋਰ ਸਿਸਟਮ ਬਣਾ ਲਓ ਕਿ ਤੁਹਾਨੂੰ ਅੰਦਾਜ਼ਾ ਹੋਵੇ ਹਾਂ ਇਹ ਜਾਨਵਰ ਦੀ ਇਹ ਚੀਜ਼ ਹੈ, ਇਹ ਕੋਈ ਨਿਸ਼ਾਨੀ, ਮਿਸਾਲ ਦੇ ਤੌਰ 'ਤੇ ਇੱਕ ਨਿਸ਼ਾਨੀ ਜੀ ਲਾ ਲਓ।
ਤੇ ਠੀਕ ਹੈ ਦੋਸਤੋ, ਉਮੀਦ ਹੈ, ਉਮੀਦ ਹੈ ਇਨਸ਼ਾਅੱਲਾ ਇਨਸ਼ਾਅੱਲਾ ਦੋਸਤੋ ਜਾਨੂੰ ਰਾਜ ਜ਼ਰੂਰ ਪਸੰਦ ਆਏ ਹੋਣ ਦੇ। ਦੋਸਤੋ ਇੱਕ ਲਾਈਕ ਜ਼ਰੂਰ ਬਣਦਾ, ਸੋਧੇ ਨਸੀਬਾਂ ਦੇ ਮੁਕੱਦਰਾਂ ਦੇ ਜੋ ਨਸੀਬ ਉਹ ਲੱਭਦਾ, ਅਤੇ ਇਨਸ਼ਾਅੱਲਾ ਲੱਭਣਾ। ਦੁਆ ਗੋਵਾ ਦੁਆ ਜ਼ਰੂਰ ਕਰਿਓ, ਅੱਲਾ ਪਾਕ ਰੰਗ ਲਾਈ ਰੱਖੇ। ਜੇ ਸਾਡੀ ਤਰਫੋਂ ਜਾਂ ਆਈ ਸਾਹਿਬ ਦੀ ਤਰਫੋਂ ਜਾਂ ਇਸ ਚੈਨਲ ਦੀ ਤਰਫੋਂ ਕਿਸੇ ਨੂੰ ਕੋਈ ਫਾਇਦਾ ਹੋਵੇ, ਤਾਂ ਅੱਲਾ ਪਾਕ ਸਾਡੇ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕੀਤੀ ਰੱਖੇ ਜੀ। ਬਾਕੀ ਇਨਸ਼ਾਅੱਲਾ ਜੀ ਦੋਸਤੋ ਤੁਹਾਡਾ ਰਾਬਤਾ ਗੱਪਸ਼ਪ ਪਾਉਂਦੀ ਰਹੇ ਜੀ। ਫੀ ਮਾਨ ਇੱਲਾ ਜੀ, ਦੁਆਵਾਂ ਯਾਦ ਰੱਖਿਓ ਜੀ, ਆਪਣਾ ਖਿਆਲ ਰੱਖਿਓ ਜੀ।